ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕਾਂ ਨਾਲ ਜੁੜਿਆ ਮੁੱਦਾ ਵੱਡੇ ਪੱਧਰ 'ਤੇ ਉੱਠਿਆ ਹੈ, ਜਿਸ ਵਿੱਚ ਵਿਧਾਇਕਾਂ ਨੇ ਇਸ ਮੁੱਦੇ ਨੂੰ ਉਠਾਇਆ ਹੈ ਕਿ ਉਹਨਾਂ ਨੂੰ ਪੰਜਾਬ ਭਵਨ ਦਿੱਲੀ ਵਿੱਚ ਕਮਰੇ ਨਹੀਂ ਦਿੱਤੇ ਜਾਂਦੇ। ਇਸ ਮੌਕੇ 'ਤੇ ਕਾਂਗਰਸ ਦੇ ਖੁਦ ਹੀ ਵਿਧਾਇਕ ਇਸ ਮਾਮਲੇ 'ਚ ਪਰੇਸ਼ਾਨ ਨਜ਼ਰ ਆਏ। ਕਾਂਗਰਸ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਭਵਨ ਦਿੱਲੀ ਵਿੱਚ ਕਮਰਾ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ 'ਤੇ ਕਾਂਗਰਸੀ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਅਤੇ ਸਰਬਜੀਤ ਕੌਰ ਮਾਣੂਕੇ ਆਪ ਪਾਰਟੀ ਵਿਧਾਇਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕਰਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ 'ਤੇ ਗੌਰ ਕਰਨਾ ਜ਼ਰੂਰੀ ਹੈ। MLA ਜਿਹੜਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਰਿਪ੍ਰੈਜ਼ੈਂਟੇਟਿਵ ਹੈ ਔਰ MLA ਦੀ ਜਿਹੜੀ ਇੱਜ਼ਤ ਹੈ ਉਹਦਾ ਇੱਜ਼ਤ ਮਾਨ ਪੂਰਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਪੰਜਾਬ ਭਵਨ ਦੇ ਵਿੱਚ ਇੱਕ ਰਜਨੀਸ਼ ਮੈਨੀ ਨਾਂ ਦਾ ਕੋਈ ਆਫਿਸਰ ਹੈ ਜਿਹੜਾ ਬੁਕਿੰਗ ਕਰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਉਹ ਤੁਸੀਂ 20 ਵਾਰ ਟੈਲੀਫੋਨ ਕਰੋ, MLA ਦਾ ਟੈਲੀਫੋਨ ਨਹੀਂ ਚੁੱਕੇਗਾ। ਜੇ ਚੁੱਕੇਗਾ ਤਾਂ ਕਹਿ ਦੇ ਕਿ ਕਮਰਾ ਹੈ ਨਹੀਂ। ਚੀਫ ਸੈਕਟਰੀ ਨੂੰ ਪੱਕੇ ਕਮਰੇ ਦਿੱਤੇ ਗਏ ਨੇ, ਪ੍ਰਿੰਸੀਪਲ ਸੈਕਟਰੀਜ਼ ਨੂੰ ਪੱਕੇ ਕਮਰੇ ਦਿੱਤੇ ਗਏ ਨੇ। ਅਸੀਂ ਇਹ ਫਲੋਰ ਆਫ ਦਾ ਹਾਊਸ 'ਤੇ ਲੈ ਕੇ ਆਉਂਦਾ ਸਾਰੇ MLA ਅਕਰੋਸ ਦਾ ਹਾਊਸ, ਕਿਉਂਕਿ ਹਰ ਇੱਕ ਨਾਲ ਇਹ ਜਿਹੜੀ ਚੀਜ਼ ਹੈ ਵਾਪਰ ਰਹੀ ਹੈ। ਸਾਡੇ ਇੱਕ MLA ਸੀ ਨਿਰਮਲ ਸਿੰਘ ਜੀ ਛਤਰਾਣਾ, ਇੱਕ ਰਿਜ਼ਰਵ ਕੌਂਸਟੀਚੁਐਂਸੀ ਨੂੰ ਰਿਪ੍ਰੈਜ਼ੈਂਟ ਕਰਦੇ ਨੇ, ਦਿੱਲੀ ਗਏ। ਮੈਨੂੰ ਦੱਸੋ ਇੱਕ ਗਰੀਬ MLA ਕੋਲ ਕਿੰਨਾ ਕੁ ਪੈਸਾ ਹੁੰਦਾ? ਪਹਿਲੇ ਤਾਂ ਗਿਆ, ਫਿਰ ਉਹਨੂੰ ਕਿਹਾ ਤੁਹਾਡੀ ਮੀਟਿੰਗ ਕੈਂਸਲ ਹੋ ਗਈ, ਤੁਹਾਨੂੰ ਕਮਰਾ ਨਹੀਂ ਮਿਲ ਸਕਦਾ। ਹੁਣ ਮੈਨੂੰ ਤੁਸੀਂ ਦੱਸੋ ਵੀ ਕੀ MLA ਚੀਫ ਸੈਕਟਰੀ ਤੋਂ ਥੱਲੇ ਹੈ, ਪ੍ਰਿੰਸੀਪਲ ਸੈਕਟਰੀ ਤੋਂ ਥੱਲੇ ਹੈ? ਇਸ ਦੇ ਉੱਤੇ ਸਾਰੇ ਹਾਊਸ ਨੇ ਅਕਰੋਸ ਦਾ ਪਾਰਟੀ ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਰਜਨੀਸ਼ ਮੈਨੀ ਨੂੰ ਸਸਪੈਂਡ ਕੀਤਾ ਜਾਏ, ਉਹਨੂੰ ਟਰਮੀਨੇਟ ਕੀਤਾ ਜਾਏ ਉਹਦੀ ਜੋਬ ਦੇ ਉੱਤੋਂ, ਅਤੇ MLA ਦਾ ਜਿਹੜਾ ਬਣਦਾ ਮਾਣ ਹੈ ਉਸਨੂੰ ਉਹਦਾ ਪੂਰਾ ਰੱਖਿਆ ਜਾਏ ਔਰ MLA ਨੂੰ ਕਮਰਾ ਕਦੀ ਵੀ ਉੱਥੇ ਰਿਫਿਊਜ਼ ਨਾ ਕੀਤਾ ਜਾਏ। ਕਿਹਾ ਵੀ MLA ਸਾਹਿਬਾਨ ਤੋਂ ਸਭ ਤੋਂ ਉੱਪਰ ਹੁੰਦਾ ਚੀਫ ਸੈਕਟਰੀ ਨੀਚੇ, ਫਿਰ ਪੱਕੇ ਕਮਰੇ ਚੀਫ ਸੈਕਟਰੀ ਸਾਹਿਬ ਦੇ ਉੱਥੇ ਬੁੱਕ ਆ ਅਤੇ ਹੋਰ ਤੁਹਾਡੇ ਚਹੇਤੇ ਅਫਸਰਾਂ ਦੇ ਉੱਥੇ ਬੁੱਕ ਕਿਉਂ ਆ? ਉਹਨਾਂ ਨੇ ਪੰਜਾਬ ਦਾ ਕੰਮ ਕਰਨਾ ਕਿ ਦਿੱਲੀ ਦਾ ਕੰਮ ਕਰਨਾ? ਦੂਸਰੀ ਗੱਲ, 20 ਬਲਾਕ ਦੇ ਵਿੱਚ 5 ਕਮਰੇ ਪਿਛਲੇ 2 ਸਾਲਾਂ ਤੋਂ ਕਿਉਂ ਬੁੱਕ ਆ? ਕਿਉਂਕਿ ਜਦੋਂ ਅਸੀਂ ਸਾਡੇ MLA ਸਾਹਿਬਾਂ ਨੂੰ ਮੀਟਿੰਗ ਦੇ ਵਿੱਚ ਉੱਥੇ ਜਾਣਾ ਪੈਂਦਾ, ਪੰਜਾਬ ਵਿਧਾਨ ਸਭਾ ਦੀਆਂ ਮੀਟਿੰਗਾਂ ਦਿੱਲੀ ਦੇ ਵਿੱਚ ਹੁੰਦੀਆਂ, ਉਦੋਂ ਅਕਸਰ ਕਹਿ ਦਿੱਤਾ ਜਾਂਦਾ ਵੀ ਸਾਰੇ ਕਮਰੇ ਭਰੇ ਹੋਏ ਆ। ਜਦੋਂ ਇਹਨਾਂ ਨੇ ਪੱਕੇ ਅਫਸਰ ਹੀ ਉੱਥੇ ਬੈਠੇ ਆ ਦਿੱਲੀ ਦੇ ਵਿੱਚ ਅਤੇ ਇੱਥੇ ਉਹ ਕੰਮ ਹੀ ਨਹੀਂ ਕਰ ਰਹੇ ਅਤੇ ਬੁੱਕ ਤਾਂ ਆਪੇ ਹੀ ਹੋਣੇ ਆ। ਸਾਡੇ ਮੇਰੇ ਇੱਕ ਸਾਥੀ MLA ਛਤਰਾਣਾ ਜੀ ਆ, ਉਹ ਛਤਰਾਣਾ ਤੋਂ MLA ਜੀ ਆ, ਉਹ ਸਾਹਿਬ ਨਿਰਮਲ ਜੀ ਕਹਿੰਦੇ ਮੈਂ ਗਿਆ ਰਾਤ ਤੱਕ ਉੱਥੇ ਪਹੁੰਚਿਆ, ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ। ਜਦੋਂ ਮੈਂ ਪੁੱਛਿਆ ਵੀ ਮੈਨੂੰ ਭਾਈ ਕਮਰਾ ਦੇ ਦੇ, ਉਹ ਕਹਿੰਦਾ ਵੀ ਤੁਹਾਨੂੰ ਨਹੀਂ ਪਤਾ ਤੁਸੀਂ ਇੱਥੇ ਕੀ ਕਰਨਾ, ਤੁਹਾਡੀ ਤਾਂ ਮੀਟਿੰਗ ਕੈਂਸਲ ਹੋ ਗਈ। ਇਸ ਤਰ੍ਹਾਂ ਦੀ ਬਦਸਲੂਕੀ ਸਾਨੂੰ ਪਸੰਦ ਨਹੀਂ। ਬੇਸ਼ੱਕ ਉਹ ਮੈਂ ਹੋਵਾਂ ਜਾਂ ਕਾਂਗਰਸ ਦਾ MLA ਹੋਵੇ ਜਾਂ ਅਕਾਲੀ ਪਾਰਟੀ ਦਾ ਵੀ ਹੋਵੇ, ਪਰ MLA ਨੂੰ ਬਣਦਾ ਮਾਣ ਸਤਿਕਾਰ ਉਸ ਤਰ੍ਹਾਂ ਸਪੀਕਰ ਸਾਹਿਬ ਨੂੰ ਦਬਾਉਣਾ ਚਾਹੀਦਾ।